सप्प नूं फड़ लिया उन्हां सियाणे ने किसी करामात इन्हां चीज़ां 'च किसी गैबी शक्ति ने फड़ लिया सप्प पिल पा के तरसेम सिंह दे घर रहा तीन चार दिन बाद चमत्कार होया चमत्कार हो गया जी उस तों बाद जो इन्हां नूं छोटे जे बच्चे दे इत्थे कंध नाल झरीट मार के उहदी जदों बलि देण लगे ते मेरे मामे दी नूंह ते मेरा मामा ये सब भज के बाहर नूं उन्हां नूं हाथी जोड़ते ਉਹ ਜੀ ਉੱਤੇ ਨਾਗ ਦੇਵਤਾ ਬੈਠਾ ਇਸ ਤਰ੍ਹਾਂ ਦੇਖਦੇ ਵਲ ਮਾਰ ਕੇ ਜੋ ਢੱਕਣ ਫੁੱਟਿਆ ਤੇ ਵਿੱਚੋਂ ਦਿਖਾਈ ਦਿੱਤੀ ਇਹਨਾਂ ਜੋ ਚੀਜ਼ ਉਦੋਂ ਇਹਨਾਂ ਦੇ ਮਨ 'ਚ ਆ ਗਈ ਗੈਰਤ ਜੋ ਮਾਲ ਸਾਰਾ ਤਰਸੇਮ ਸਿੰਘ ਦਾ ਮੈਨੂੰ ਮੇਰਾ ਨਾਮ ਜੀ ਹਰਜਿੰਦਰ ਸਿੰਘ ਬਿੱਟੂ ਪਿੰਡ ਲੱਖੋ ਕਹਿਬੇ ਰਾਮ ਜੀ ਜਿਹੜਾ ਪਿੰਡ ਦੇ ਵਿੱਚੋਂ ਸੁਣਿਆ ਨਿਕਲਿਆ ਸੀ ਕੀ ਮੁੱਦਾ ਸੀ ਮੁੱਦਾ ਇਹ ਜੀ ਉਹ ਬਿਲਕੁਲ ਗਰੀਬ ਪਰਿਵਾਰ 'ਚ ਸੰਬੰਧ ਰੱਖਦੇ ਆ ਜੀ ਜਗਤਾਰ ਸਿੰਘ ਬੋੜ ਸਿੰਘ ਉਹਨਾਂ ਦੀ ਪਤਨੀ ਜਿਹੜੀ ਕਿ ਮੁੰਡਾ ਨਸ਼ਿਆਂ ਦਾ ਆਦੀ ਆ ਅਤੇ ਮਾਮੇ ਮੇਰੇ ਨੇ ਉਹਦੇ ਵਾਸਤੇ ਲਿਆਂਦਾ ਸਿਆਣਾ ਵੀ ਇਹ ਸ਼ਰਾਬ ਤੋਂ ਪਿੱਛਾ ਛਡਾ ਲਏ ਜਦ ਪਿੱਛਾ ਛਡਾਉਣ ਵਾਸਤੇ ਸਿਆਣਾ ਘਰੇ ਲਿਆਂਦਾ ਅਤੇ ਉਹਨੂੰ ਕੋਈ ਨਜ਼ਰ ਪਈ ਚਲੋ ਕੋਈ ਦੂਜੀ ਸ਼ਕਤੀ ਦੇ ਨਾਲ ਕੁਛ ਹੋਰ ਨਿਕਲਿਆ ਅਤੇ ਉਹਦੇ ਵਿੱਚ ਮੁੱਦਾ ਇਹ ਆ ਗਿਆ ਜੀ ਉਹ ਗਰੀਬ ਪਰਿਵਾਰ ਹੈ ਉਹ ਇੰਨਾ ਪੈਸਾ ਖਰਚ ਨਹੀਂ ਕਰ ਸਕਦੇ ਉਸ ਤੋਂ ਬਾਅਦ ਆਪਣਾ ਸਰਪੰਚ ਤਰਸੇਮ ਸਿੰਘ ਉਹਦੇ ਦੋਨੇ ਲੜਕੇ ਉਹਨਾਂ ਨੇ ਕਿਹਾ ਵੀ ਅਸੀਂ ਖਰਚਾ ਕਰ ਦਿਆਂਗੇ ਅਤੇ ਸਮਾਨ ਹੈ ਤਾਂ ਅਸੀਂ ਕਢਵਾ ਲੈਂਦੇ ਹਾਂ ਸਾਰਾ ਖਰਚਾ ਇਹਨਾਂ ਦੇ ਘਰੋਂ ਜਾਂਦਾ ਰਿਹਾ ਰੋਟੀ ਖਰਚਾ ਵੀ ਦਿੰਦੇ ਰਹੇ ਉਹਨਾਂ ਨੂੰ ਸ਼ਰਾਬ ਪੀਣ ਤੱਕ ਵੀ ਪੈਸੇ ਉਹ ਦਿੰਦੇ ਰਹੇ ਆ ਹੁਣ ਅੱਗੇ ਮੁੱਦਾ ਇਹ ਚੱਲ ਪਿਆ ਜੀ ਜਦੋਂ ਸਿਆਣਾ ਨੇ ਵੇਖਿਆ ਉੱਥੇ ਸੋਨਾ ਆ ਜਾਂ ਦੇ ਗਿਆ ਉਹਨੇ ਖੁਦਵਾਈ ਕੀਤੀ ਕੁਛ ਮਜ਼ਦੂਰ ਬੰਦਿਆਂ ਨਾਲ ਲਾ ਕੇ ਉਸ ਤੋਂ ਬਾਅਦ ਜਦੋਂ ਇਹ ਮਸਲਾ ਹੱਲ ਹੋ ਗਿਆ ਵੰਡੀਆਂ 'ਤੇ ਗੱਲ ਆ ਗਈ ਵੰਡੀਆਂ 'ਤੇ ਗੱਲ ਆ ਗਈ ਅਤੇ ਇਹਨਾਂ 'ਚ ਆਪਦਾ ਇੱਕ ਪਿਸਤੌਲ ਘਰੋਂ ਜਾ ਕੇ ਸਿਆਣੇ ਨੂੰ ਕਹਿੰਦਾ ਵੀ ਦੇਗ ਪੱਟ ਕੇ ਇਹ ਹੈਗਾ ਜੀ ਤਰਸੇਮ ਸਿੰਘ ਇਹ ਲੱਖੋ ਕੇ ਬਹਿਰਾਮ ਦਾ ਜੀ ਉਹਨੇ ਪਿਸਤੌਲ ਤਾਰ ਲਿਆ ਮੇਰੇ ਮਾਮੇ ਦੇ ਲੜਕੇ ਨੇ ਮੈਨੂੰ ਫੋਨ ਕੀਤਾ ਵੀਰ ਤੂੰ ਕਿੱਥੇ ਆ ਇੱਕ ਤਕਰੀਬਨ 9:30 ਵਜੇ ਦੀ ਰਾਤ ਦੀ ਗੱਲ ਹੈ ਮੈਂ ਕਿਹਾ ਗੁੜ ਮੈਂ ਤਾਂ ਯਾਰ ਫਿਰੋਜ਼ਪੁਰ ਹਾਂ ਮੈਂ ਕੀ ਕਰ ਸਕਦਾ ਹੁਣ ਅਤੇ ਕਹਿੰਦਾ ਵੀ ਆਹ ਤਰਸੇਮ ਸਿੰਘ ਨੇ ਗੱਲ ਕੀਤੀ ਆ ਸਿਆਣੇ ਦੇ ਪਿਸਤੌਲ ਤਾਣ ਕੇ ਉਹਨੂੰ ਕਹਿੰਦਾ ਵੀ ਦੇਗ ਪੱਟ ਕੇ ਬਾਹਰ ਕੱਢ ਅਤੇ ਗੋਲੀ ਆਈ ਅਤੇ ਉਹ ਬੰਦੇ ਡਰਦੇ ਵਿਚਾਰਿਆਂ ਨੇ ਕਿਹਾ ਉਹਨੇ ਪੜ੍ਹਤੀ ਆ ਚਲੋ ਕਰਾਮਾਤੀ ਨਾਲ ਪੜ੍ਹਤੀ ਚਲੋ ਕਿਸ ਤਰ੍ਹਾਂ ਪੜ੍ਹਤੀ ਆ ਉਸ ਤੋਂ ਬਾਅਦ ਗੱਲ ਇਹ ਹੋਈ ਜੀ ਵੰਡੀਆਂ ਦੀ ਗੱਲ ਆਈ ਸੱਪ ਨੂੰ ਫੜ ਲਿਆ ਉਹਨਾਂ ਸਿਆਣਿਆਂ ਨੇ ਕਿਸੇ ਕਰਾਮਾਤੀ ਨਾਲ ਚੀਜ਼ਾਂ 'ਚ ਕਿਸੇ ਗੈਬੀ ਸ਼ਕਤੀ ਨਾਲ ਫੜ ਲਿਆ ਸੱਪ ਪਿੱਲ ਪਾ ਕੇ ਤਰਸੇਮ ਸਿੰਘ ਘਰ ਰਿਹਾ ਤਿੰਨ ਚਾਰ ਦਿਨ ਬਾਅਦ ਚਮਤਕਾਰ ਹੋਇਆ ਇਹ ਚਮਤਕਾਰ ਹੋ ਗਿਆ ਜੀ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਵੰਡੀਆਂ 'ਤੇ ਗੱਲ ਪਈ ਹੈ ਜੀ ਅਤੇ ਤਰਸੇਮ ਸਿੰਘ ਨੇ ਸਾਰਾ ਮਾਲ ਗਮਨ ਕਰ ਲਿਆ ਵਾ ਅਤੇ ਉਹ ਡਰਦੇ ਮਾਰੇ ਸਾਡੇ ਮਾਮੇ ਨੇ ਹੱਥ ਜੋੜ ਕੇ ਬੇਨਤੀ ਕਰਤੀ ਵੀ ਜਿਹੜਾ ਸਮਾਨ ਹੈ ਤੁਸੀਂ ਲੈ ਜਾਓ ਛੋਟੇ ਜਿਹੇ ਬੱਚੇ ਦੇ ਇੱਥੇ ਕੰਧ ਨਾਲ ਝਰੀਟ ਮਾਰ ਕੇ ਉਹਦੀ ਜਦੋਂ ਬਲੀ ਦੇਣ ਲੱਗੇ ਅਤੇ ਮੇਰੇ ਮਾਮੇ ਦੀ ਨੂੰਹ ਅਤੇ ਮੇਰਾ ਮਾਮਾ ਇਹ ਸਭ ਭੱਜ ਗਏ ਬਾਹਰ ਨੂੰ ਉਹਨਾਂ ਨੂੰ ਹਾਥੀ ਜੋੜਤੇ ਵੀ ਤੁਸੀਂ ਸਾਰਾ ਕੁਛ ਲੈ ਜਾਓ ਅਤੇ ਸਾਨੂੰ ਸਾਡੀ ਜਾਨ ਬਖਸ਼ ਅਤੇ ਨਹੀਂ ਬੱਚੇ ਦੇ ਖੂਨ 'ਚੋਂ ਐਂ ਕੱਢ ਕੇ ਛਿੱਟਾ ਮਾਰਤਾ ਜੀ ਬਲੀ ਦੇਣ ਵਾਲੀ ਗੱਲ ਹੋ ਗਈ ਬੱਚਾ ਇੰਨਾ ਕਮਜ਼ੋਰ ਹੈ ਅੱਜ ਵੀ ਜਾ ਕੇ ਵੇਖ ਸਕਦੇ ਹੁਣ ਬੱਚੇ ਨੂੰ ਮੈਂ ਮਾਮੇ ਨੂੰ ਕਈ ਵਾਰ ਪਹਿਲਾਂ ਪੁੱਛ ਚੁੱਕਾਂ ਵੀ ਇਹ ਬੱਚਾ ਕਿਉਂ ਕਮਜ਼ੋਰ ਹੋਈ ਆ ਉਹ ਜੀ ਉੱਤੇ ਨਾਗ ਦੇਵਤਾ ਬੈਠਾ ਇਸ ਤਰ੍ਹਾਂ ਦੇਖਦੇ ਵਲ ਮਾਰ ਕੇ ਜੋ ਢੱਕਣ ਫੁੱਟਿਆ ਤੇ ਵਿੱਚੋਂ ਦਿਖਾਈ ਦਿੱਤੀ ਇਹਨਾਂ ਜੋ ਚੀਜ਼ ਉਦੋਂ ਇਹਨਾਂ ਦੇ ਮਨ 'ਚ ਆ ਗਈ ਗੈਰਤ ਜੋ ਮਾਲ ਸਾਰਾ ਤਰਸੇਮ ਸਿੰਘ ਦਾ ਮੈਨੂੰ ਅਤੇ ਮੇਰੇ ਮੁੰਡਿਆਂ ਨੂੰ ਹੀ ਮਿਲ ਜੇ ਦੂਜਾ ਬੰਦਾ ਕੋਈ ਹੋਰ ਨਾ ਆਵੇ ਜਦੋਂ ਭੱਜ ਕੇ ਪੁਲਿਸ ਕੋਲ ਗਏ ਅਤੇ ਦਗੜ ਦਗੜ ਕਰਦੇ ਭੱਜ ਗਏ ਸਾਰੇ ਬੰਦੇ ਦੋਸ਼ੀ ਹਾਂਜੀ ਮੇਨ ਕੰਮ ਤਰਸੇਮ ਸਿੰਘ ਅਤੇ ਉਹਦੇ ਮੁੰਡੇ ਰਣਜੀਤ ਸਿੰਘ ਦਾ ਅਤੇ ਛੋਟਾ ਮੁੰਡੇ ਦਾ ਕੰਮ ਹੈ ਤਿੰਨਾਂ ਦਾ ਮੇਨ ਕੰਮ ਹੈ ਹਾਂਜੀ ਬੜਾ ਧਰਨਾ ਤਕੜਾ ਦਿੱਤਾ ਜੀ ਕੋਈ ਕਾਰਵਾਈ ਨਹੀਂ ਜੀ ਖਬਰ ਵੀ ਲੱਗੀ ਆ ਲੱਖੋ ਕੇ ਬਹਿਰਾਮ ਦੇ ਵਿੱਚ ਜੀ ਨਹੀਂ ਕੀਤੀ ਜੀ ਉਸ ਤੋਂ ਉਲਟ ਮੈਂ
चरणदास लाली अपनी दुनिया भगत सिंह राज दरबार सूबा कन्वीनर जी ਜਿਹੜਾ ਲੱਖੋ ਕੇ ਚਮਤਕਾਰ ਹੋਇਆ ਘਰ ਦੇ ਵਿੱਚ ਕੀ ਸੀਗਾ ਉਹ ਘਰ ਵਾਲਾ ਕੀ ਕਰਦਾ ਸੀ ਇਹ ਜੀ ਕੋਈ ਤਾਂਤਰਿਕ ਬਾਬਾ ਇੱਕ ਘਰ ਦੇ ਵਿੱਚ ਆਇਆ ਹੈ ਉਹਨੇ ਉੱਥੇ ਕੋਈ ਕਾਲਾ ਇਲਮ ਪੜ ਕੇ ਕੋਈ ਸੋਨਾ ਬਾਹਰ ਕੱਢਿਆ ਹੈ ਔਰ ਜਿਹੜੇ ਉਹਦੇ ਸਬੂਤ ਨੇ ਲੋਕਾਂ ਨੇ ਉਹਦੀ ਵੀਡੀਓ ਬਣਾਈ ਹੈ ਸੋਨਾ ਸਾਹਮਣੇ ਦਿਸ ਰਿਹਾ ਹੈ ਔਰ ਇੱਕ ਬੱਚੇ ਦੀ ਜਿਹੜੀ ਇਹ ਬਲੀ ਦੇਣ ਲੱਗੇ ਸੀਗੇ ਤਾਂ ਜਿਹੜੀ ਬੱਚੇ ਦੀ ਮਾਂ ਸੀਗੀ ਉਹਨੇ ਬੱਚੇ ਨੂੰ ਛਡਾ ਕੇ ਪਿੰਡ ਦੇ ਸਰਪੰਚ ਕੋਲ ਜਾ ਕੇ ਜਿਹੜਾ ਉਹਨੂੰ ਦੱਸਿਆ ਸਾਰਾ ਪਿੰਡ ਇਕੱਠਾ ਹੋ ਗਿਆ ਤੇ ਮੌਕੇ ਤੇ ਹੀ ਉਹ ਸੋਨਾ ਸੀਗਾ ਜਿਹੜਾ ਜਾਂ ਉਹ ਖੱਡਾ ਪੱਟ ਰਿਹਾ ਸੀ ਘਰ ਦੇ ਅੰਦਰ ਤਾਂ ਉਹਨਾਂ ਦਾ ਜਿਹੜਾ ਝਗੜਾ ਸ਼ੁਰੂ ਹੋਇਆ ਹੈ ਜਿਹੜੇ ਉਹ 5-7 ਪਾਰਟਨਰ ਸੀਗੇ ਜਦੋਂ ਉਹ ਸੋਨਾ ਵੰਡਣ ਲੱਗੇ ਨੇ ਤਾਂ ਇੱਕ ਨੇ ਪਿਸਤੌਲ ਕੱਢ ਲਿਆ ਕਿ ਭਾਈ ਜਿਹੜਾ ਵੀ ਸਾਰਾ ਸੋਨਾ ਮੇਰਾ ਹੈ ਤੁਸੀਂ ਪਾਸੇ ਹੋ ਜਾਓ ਤਾਂ ਉੱਥੋਂ ਇਹਨਾਂ ਦਾ ਰੋਲਾ ਰੱਪਾ ਪੈ ਗਿਆ ਸਾਰੀ ਗੱਲ ਪਿੰਡ 'ਚ ਸਾਹਮਣੇ ਆ ਗਈ ਲੋਕਾਂ ਨੇ ਇਕੱਠੇ ਹੋ ਕੇ ਰੋਡ ਜਾਮ ਵੀ ਕੀਤਾ ਇਸ ਮਸਲੇ 'ਤੇ ਲੱਖੋ ਕੇ ਥਾਣਾ ਬਿਰਾਮ ਦੇ ਵਿੱਚ ਪੰਚਾਇਤ ਵੱਲੋਂ ਵੀ ਅਤੇ ਪੀੜਤ ਪਰਿਵਾਰ ਵੱਲੋਂ ਵੀ ਦਰਖਾਸਤਾਂ ਦਿੱਤੀਆਂ ਗਈਆਂ ਪਰ ਪ੍ਰਸ਼ਾਸਨ ਨੇ ਦੋਸ਼ੀਆਂ ਦੇ ਨਾਲ ਜਿਹੜਾ ਮਿਲੀ ਭੁਗਤ ਕਰ ਲਈ ਕਿਸੇ 'ਤੇ ਕੋਈ ਕਾਰਵਾਈ ਨਹੀਂ ਹੋਈ ਜਿਹੜਾ ਸੋਨਾ ਨਿਕਲਿਆ ਸੀ ਉਹ ਦੋਸ਼ੀ ਲੈ ਕੇ ਫਰਾਰ ਹੋ ਗਏ ਪੁਲਿਸ ਨੇ ਉਹਨਾਂ ਨੂੰ ਥਾਣੇ ਵਿੱਚ ਵੀ ਫੜਾਇਆ ਬੁਲਾਇਆ ਪਰ ਉਸ ਤੋਂ ਬਾਅਦ ਕੀ ਸੈਟਿੰਗ ਹੋਈ ਅੱਜ ਤੱਕ ਇਹਦੇ 'ਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਇਹਦੇ ਲਈ ਜਿਹੜਾ ਇਹ ਸਾਡੇ ਕੋਲ ਜਿਹੜਾ ਜਥੇਬੰਦਕ ਤੌਰ 'ਤੇ ਆਏ ਨੇ ਔਰ ਅਸੀਂ ਇਹਨਾਂ ਦੀ ਮਦਦ ਕਰਾਂਗੇ ਜੋ ਸੱਚ ਇਹ ਸਭ ਨੂੰ ਸਾਹਮਣੇ ਲਿਆਵਾਂਗੇ।